ਜ਼ਿੰਦਗੀ ਦੇ ਵਿੱਚ ਜਿਉਣਾ ਮਰਨਾ ਚੱਲਦਾ ਰਹਿੰਦਾ ਏ ਤੂੰ ਜ਼ਿੰਦਗੀ ਦੇ ਵਿੱਚ ਜਿਉਣਾ ਮਰਨਾ ਚੱਲਦਾ ਰਹਿੰਦਾ ਏ ਛੱਤ ਤੁਰ ਜਾਣ ਮਾਪੇ ਫੇਰ ਵੀ ਬੱਚਾ ਪਲਦਾ ਰਹਿੰਦਾ ਏ ਜੋ ਮਜ਼ਾ ਮਾਂ ਦੀਆਂ ਲੋਰੀਆਂ ਨੂੰ ਸੁਣ ਕੇ ਸੌਂਦਾ ਏ ਬੇ ਸਮਝੇ ਕਿਸੇ ਚੀਜ਼ ਨੂੰ ਜ਼ਿੰਦਗੀ ਵਿੱਚ ਆਦਤ ਪਾਉਣ ਦਾ ਇੱਕ ਮਾਂ ਬੋਰਡ ਦੀ ਛਾਂ ਤੇ ਰੱਬ ਦਾ ਨਾਮ ਤਿੰਨੋ ਸਭ ਨੂੰ ਪਿਆਰੇ ਨੇ ਜਿਹੜਾ ਤਿੰਨੋ ਚੀਜ਼ਾਂ ਖੱਟਦਾ ਫਿਰੇ ਉਹਦੇ ਬਾਰੇ ਪਿਆਰੇ ਨੇ ਮਾਂ ਦੇ ਪਿਆਰ ਨੂੰ ਪਾਉਣ ਲਈ ਮਾਂ ਦੇ ਪਿਆਰ ਨੂੰ ਪਾਉਣ ਲਈ ਇੱਥੇ ਹਰ ਕੋਈ ਮਰਦਾ ਏ ਉਹ ਮੂਰਤੀਆਂ ਕੇ ਕਿਉਂ ਮੱਥੇ ਰਗੜਦੇ ਹੋ ਜਦੋਂ ਸਾਡੇ ਘਰ ਵਿੱਚ ਸਰਦਾ ਏ ਆਪਣੇ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਬਚਤ ਭੈਣਾ ਜਦ ਭੈਣਾ ਹੋਰ ਜਵਾਨ ਤਾਂ ਬਹੁਤੇ ਯਾਰ ਬਣਾਈਏ ਨਾ ਸਾਡੇ ਘਰ ਵਿੱਚ ਕੰਮ ਨਹੀਂ ਉਹ ਕਿਸੇ ਬੇਸ਼ੱਕੀ ਬੰਦੇ ਦਾ ਧਨ ਪਰਾਇਆ ਕਿਸੇ ਨੂੰ ਦੇਣਾ ਸਾਂਭ ਕੇ ਰੱਖੀ ਦਾ ਇੱਜ਼ਤ ਵਾਲੀ ਕਿਤਾਬ ਦੇ ਵਿੱਚ ਦੇ ਦਾਗੀ ਬੰਨੇ ਨਾ ਭੈਣ ਬਿਨਾ ਕੋਈ ਸੁਣੇ ਗੁੜਦੇ ਰੱਖੜੀ ਬੰਨੇ ਨਾ ਸ਼ਿਵਰਾਤਰੀ ਵੇ ਸ਼ਿਵਲਿੰਗ ਤੇ ਦੂਧ ਕਿਸ ਕਿਸੇ ਚਲਾਇਆ ਹੋਇਆ ਹੱਥ ਲੈ ਕੇ ਬਤਾਓ ਸੱਚੀ ਉਹ ਦੂਧ ਕਹਾਂ ਪਰ ਜਾਂਦਾ ਹੈ ਭਗਵਾਨ ਸ਼ੰਕਰ ਔਰਤੋਂ ਸੇ ਬੋਲ ਰਹੇ ਕਿਆ ਸ਼ੇਰ ਅੱਛਾ ਲੱਗੇ ਪਰ ਤਾੜੀਆਂ ਮਾਰਨਾ ਔਰ ਅਗਲੀ ਵਾਰ ਉਹ ਜੋ ਦੂਧ ਲੋਕੇ ਉਹ ਗਰੀਬ ਬੱਚੋ ਕੋ ਬਾਟਣਾ ਠੀਕ ਹੈ ਸੁਣੋ ਜਰਾ ਆਰਤੀ ਬਜਦੇ ਸ਼ੰਕਰ ਪੂਜਾ ਮੇ ਸਭ ਖੋਏ ਹੈ ਹੋਤੀ ਆਰਤੀ ਬਜਤੇ ਸ਼ੰਖ ਪੂਜਾ ਮੇ ਸਭ ਸੋਏ ਹੈ ਮੰਦਿਰ ਕੇ ਬਾਹਰ ਤੋਂ ਦੇਖੋ ਭੂਖੇ ਬੱਚੇ ਸੋਏ ਹੈ ਏਕ ਨਿਵਾਲਾ ਉਨਕੋ ਦੇਨਾ ਪ੍ਰਸ਼ਾਦ ਮੁਝੇ ਚੜ ਜਾਏਗਾ ਮੇਰੇ ਦਰ ਪੇ ਦੂਧ ਚਲਾਨੇ ਵਾਲੇ ਤੁਝੇ ਫਿਰ ਮਾਂਗੇ ਮਿਲ ਜਾਏਗਾ ਗਾੜੀਓ ਮੈਂ ਜਾਂਦੇ ਹਾਂ ਲਾਲ ਬੱਤੀ ਤੇ ਖੜੇ ਹੁੰਦੇ ਹਾਂ ਕੁਛ ਨਾ ਕੁਛ ਨਿਕਾਲ ਕੇ ਫੈਂਕਦੇ ਹਾਂ ਤਾਂ ਬੇਚਾਰੇ ਉਹ ਗਰੀਬ ਬੱਚੇ ਦੂਜੇ ਕੁਛ ਨਾ ਕੁਛ ਖਾਲੇ ਹੋਣਗੇ ਮਾਰਾ ਪੇਟ ਹਮ ਫਿਰ ਵੀ ਕਹਤੇ ਨਹੀਂ ਯਾਰ ਇਸਕੇ ਭਾਜੀ ਹੈ ਤਾਂ ਮੇਰੇ ਭਾਜੀ ਹੋਣਾ ਚਾਹੀਦੇ ਜਿਤਨਾ ਹੈ ਸਬਰ ਕਰੋ ਸਬਰ ਕਰੋ ਕਿਉਂਕਿ ਮੇਰੇ ਚਾਚਾ ਜੀ ਨੇ ਸੁਬਹੇ ਖਾਦ ਕੀਤੀ ਜੋ ਪ੍ਰਾਪਤ ਹੈ ਪ੍ਰਾਪਤ ਹੈ ਉਹੀ ਪ੍ਰਾਪਤ ਹੈ ਠੀਕ ਹੈ ਭਾਈ ਬੋਲੀਏ ਸੱਚੇ ਦਰਬਾਰ ਕੀ ਗਾਈਏ ਹੁਣ ਸਮਝ